इलेक्ट्रॉनिक दे शोरूम च लगी भयानक अग। साढ़े छे सत्त बजे गुआंढ किसी ने इकट्ठा करके कूड़ा अगे सुटिया सी, अग लाई सी। मैं तो इतने है नहीं सी, मुड़े जलों देखा इन्होंने अग बुझाती, पर अग पूरी तरह बुझी नहीं सी, शटर गर्म सी, वो अंदर जी फिटिंग सी वो सड़ती रही, वो लगभग पौने घट बजे तो अग ज़्यादा भड़की है, फिर सानू पता लगे। अग की लपेट च आईया कई दुकाना, लखां दा होया नुकसान। ਸਾਨੂੰ ਜੀ 7:45 ਵਜੇ ਇਤਲਾਹ ਮਿਲੀ ਹੈ ਅਤੇ ਵੀ ਇੱਥੇ ਬੀਟਾ ਰੇਡੀਓ 'ਤੇ ਅੱਗ ਲੱਗੀ ਹੈ। ਇਮੀਡੀਏਟਲੀ ਐਕਸ਼ਨ ਕੀਤਾ, ਗੱਡੀਆਂ ਆਈਆਂ ਨੇ, ਇੱਥੇ ਗੱਡੀਆਂ ਦੋ ਗੱਡੀਆਂ ਸਾਡੀਆਂ ਬਾਹਰ ਸੀਗੀਆਂ ਇਲੈਕਸ਼ਨ ਡਿਊਟੀ 'ਤੇ, ਉਹ ਵੀ ਇਮੀਡੀਏਟਲੀ ਬੁਲਾ ਲਈਆਂ ਗਈਆਂ ਅਤੇ ਬਿਨਾਂ ਪਾਣੀ ਦੀ ਰੁਕਾਵਟ ਤੋਂ ਆਪਾਂ ਅੱਧੇ ਘੰਟੇ 'ਚ ਜਿਹੜੀ ਆ ਉੱਥੇ ਕੰਟਰੋਲ ਕੀਤਾ। ਬਟਾਲਾ ਦੇ ਡੇਰਾ ਰੋਡ ਫਲਾਈ ਓਵਰ ਦੇ ਹੇਠਾਂ ਇੱਕ ਇਲੈਕਟ੍ਰੋਨਿਕ ਦੇ ਸ਼ੋਰੂਮ 'ਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਸ਼ੋਰੂਮ ਦੇ ਨਾਲ ਸ਼ੋਰੂਮ ਦੇ ਉੱਪਰ ਬਣੀ ਮਾਰਕੀਟ ਦੀਆਂ 4 ਦੁਕਾਨਾਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ। ਇਸ ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ। ਉੱਧਰ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਅੱਗ 'ਤੇ ਕਾਬੂ ਪਾਉਣ ਲਈ ਭਾਰੀ ਯਤਨ ਕੀਤੇ ਜਾ ਰਹੇ ਨੇ। ਉੱਧਰ ਸ਼ੋਰੂਮ ਮਾਲਕ ਦਾ ਕਹਿਣਾ ਸੀ ਕਿ ਅੱਗ ਉੱਪਰਲੀ ਮੰਜ਼ਿਲ ਦੇ ਇਲੈਕਟ੍ਰੋਨਿਕ ਦੇ ਸ਼ੋਰੂਮ ਦੇ ਗੁਦਾਮਾਂ 'ਚ ਲੱਗੀ ਹੈ। ਫਾਇਰ ਬ੍ਰਿਗੇਡ ਦੀ ਟੀਮ ਦੇ ਨਾਲ ਸਿਵਲ ਡਿਫੈਂਸ ਅਤੇ ਲੋਕਾਂ ਵੱਲੋਂ ਅੱਗ ਬੁਝਾਉਣ ਲਈ ਯਤਨ ਕੀਤੇ ਗਏ ਨੇ। ਜਾਣਕਾਰੀ ਅਨੁਸਾਰ ਸ਼ੋਰੂਮਾਂ ਦੇ ਮਾਲਕਾਂ ਨੇ ਜਦ ਉੱਪਰਲੇ ਗੋਦਾਮ 'ਚ ਅੱਗ ਲੱਗੀ ਦੇਖੀ ਤਾਂ ਉਹਨਾਂ ਨੇ ਸ਼ੋਰੂਮ ਦੇ ਅੰਦਰ ਲੋਕਾਂ ਦੀ ਮਦਦ ਨਾਲ ਇਲੈਕਟ੍ਰੋਨਿਕ ਦਾ ਸਮਾਨ ਬਾਹਰ ਕੱਢਣ ਲਈ ਯਤਨ ਸ਼ੁਰੂ ਕਰ ਦਿੱਤੇ ਅਤੇ ਸ਼ੋਰੂਮ 'ਚ ਲੱਗਾ ਇਲੈਕਟ੍ਰੋਨਿਕ ਦਾ ਸਮਾਨ, ਫਰਿੱਜ, ਟੀਵੀ ਆਦਿ ਕੁਝ ਸਮਾਨ ਨੂੰ ਬੜੀ ਜੱਦੋ ਜਹਿਦ ਬਾਹਰ ਕੱਢਿਆ। ਅੱਗ ਦੀ ਸੂਚਨਾ ਮਿਲਦੇ ਹੀ SDM ਬਟਾਲਾ ਵਿਕਰਮਜੀਤ ਸਿੰਘ ਮੌਕੇ 'ਤੇ ਪਹੁੰਚ ਗਏ। ਉਹਨਾਂ ਦੱਸਿਆ ਕਿ ਸੂਚਨਾ ਮਿਲੀ ਕਿ ਬੀਟ ਰੇਡੀਓ ਕਾਰਪੋਰੇਸ਼ਨ ਦੇ ਸ਼ੋਰੂਮ 'ਚ ਅੱਗ ਲੱਗ ਗਈ, ਜਿਸ 'ਤੇ ਉਹਨਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਉਹਨਾਂ ਦੱਸਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ। ਰੇਡੀਓ ਸ਼ੋਰੂਮ ਦੇ ਮਾਲਕ ਨਰੋਤਮ ਸਿੰਘ ਨੇ ਦੱਸਿਆ ਕਿ ਉਹ ਸ਼ੋਰੂਮ ਬੰਦ ਕਰਕੇ ਘਰ ਚਲੇ ਗਏ ਸਨ। ਉਸ ਤੋਂ ਬਾਅਦ ਉਹਨਾਂ ਨੂੰ ਸੂਚਨਾ ਮਿਲੀ ਕਿ ਉਹਨਾਂ ਦੇ ਸ਼ੋਰੂਮ 'ਚ ਅੱਗ ਲੱਗ ਗਈ। ਮੌਕੇ 'ਤੇ ਪਹੁੰਚ ਕੇ ਉਹਨਾਂ ਨੇ ਫਾਇਰ ਬ੍ਰਿਗੇਡ ਦੀ ਟੀਮ ਦੀ ਮਦਦ ਲਈ ਕਰੀਬ 1 ਘੰਟੇ ਅੰਦਰ ਅੱਗ 'ਤੇ ਕਾਬੂ ਪਾਇਆ। ਉਹਨਾਂ ਦੱਸਿਆ ਕਿ ਅੱਗ ਨਾਲ ਲੱਖਾਂ ਦਾ ਨੁਕਸਾਨ ਹੋਇਆ, ਪਰ ਇਸ ਬਾਰੇ ਸਵੇਰੇ ਹੀ ਸਥਿਤੀ ਸਾਹਮਣੇ ਆਵੇਗੀ। ਪਾਣੀ ਬੰਦ ਕਰਾ ਦਿਓ ਉਹਨੂੰ, ਸ਼ਾਮ ਨੂੰ ਜੀ 6:30-7 ਵਜੇ ਗੁਆਂਢ ਨੂੰ ਕਿਸੇ ਨੇ ਇਕੱਠਾ ਕਰਕੇ ਕੂੜਾ ਅੱਗੇ ਉੱਥੇ ਸੁੱਟਿਆ ਸੀ, ਉਹਨੂੰ ਅੱਗ ਲਾਈ ਸੀ ਜੀ। ਮੈਂ ਤਾਂ ਇੱਥੇ ਹੈ ਨਹੀਂ ਸੀ, ਮੁੰਡਿਆਂ ਨੂੰ ਜਦੋਂ ਵੇਖਿਆ ਇਹਨਾਂ ਨੇ ਅੱਗ ਬੁਝਾ ਦਿੱਤੀ, ਪਰ ਅੱਗ ਪੂਰੀ ਤਰ੍ਹਾਂ ਬੁਝੀ ਨਹੀਂ ਸੀ, ਸ਼ਟਰ ਗਰਮ ਸੀ, ਉਹਦੇ ਅੰਦਰ ਜਿਹੜੀ ਫਿਟਿੰਗ ਸੀ ਉਹ ਸੜਦੀ ਰਹੀ, ਉਹਦੇ ਨਾਲ ਉਹ ਲਗਭਗ 7:45 ਵਜੇ ਤੋਂ ਅੱਗ ਜ਼ਿਆਦਾ ਭੜਕੀ ਆ, ਫਿਰ ਸਾਨੂੰ ਪਤਾ ਲੱਗਾ। ਅਸੀਂ ਆਏ ਹਾਂ, ਫਾਇਰ ਵਾਲਿਆਂ ਨੂੰ ਇੰਟੀਮੇਟ ਕੀਤਾ, ਇਹਨਾਂ ਨੇ ਬੜਾ ਹਾਰਡਵਰਕ ਕਰਕੇ ਉੱਤੇ 3 ਦੁਕਾਨਾਂ ਸੜਦੀਆਂ, ਇਹਨਾਂ ਨੂੰ ਵਾਪਸ ਕਰਾਉਣ ਸੀ। ਹਾਂਜੀ, ਉੱਤੇ 2 ਦੁਕਾਨਾਂ 'ਚ ਗਡਾਉਣ ਸੀ, ਇੱਕ ਚੌਕ ਸੀ। ਇਲੈਕਟ੍ਰੋਨਿਕ ਸਵੇਰੇ ਵੇਖਾਂਗੇ, ਸਵੇਰੇ ਪਤਾ ਲੱਗੂਗਾ। ਇਨ ਲੈਕਸ ਨੋਟ ਇਨ ਸੀ, ਇੰਡਾ ਵੱਡਾ ਸਟੋਪ ਨਹੀਂ ਸੀ, ਇਨ ਲੈਕਸ। ਨੈਗਲੀਜੈਂਸੀ ਸਵੇਰੇ ਪਹਿਲਾਂ, ਸਭ ਤੋਂ ਪਹਿਲਾਂ FIR ਲਾਂਚ ਕਰਾਵਾਂਗੇ, ਤਾਂ ਜੋ ਕੰਸਰਨਡ ਬੰਦਾ ਜਿਹਦਾ ਵੀ ਸੀਜ਼ਨ ਡੇ ਸੀ, ਹੋ ਸਕਦਾ ਤੁਸੀਂ ਬੈਂਕ ਲਿਮਿਟ ਜਾਂ ਕੁਛ ਕਰਜ਼ਾ ਲੈ ਕੇ ਨਹੀਂ ਕੀਤਾ ਹੋਏਗਾ। ਨਹੀਂ ਨਹੀਂ। ਅਤੇ ਕਿੰਨਾ ਕੁ ਸਟੋਕ ਸੀ ਅੰਦਰ, ਔਰ ਕਿੰਨਾ ਸਮਝਦੇ ਕਿ ਨੁਕਸਾਨ ਸਮਝਦੇ ਫੈਸਟੀਵਲ ਸੀਜ਼ਨ 'ਚ? ਆਪਣਾ ਸਟੋਕ ਤਾਂ ਜਿਹੜਾ ਸ਼ੋਰੂਮ ਦਾ ਸਟੋਕ ਤਾਂ ਅਸੀਂ ਸਾਰਾ ਕੱਢ ਲਿਆ, ਡਿਸਪਲੇ ਵਾਲਾ ਜਿਹੜਾ ਉੱਥੇ ਪੈਕ ਸਟੋਕ ਉਹ ਸੜਿਆ ਸਾਡਾ, ਅਤੇ ਜਿਸ ਸੀਜ਼ਨ ਕਰਕੇ ਸਾਡਾ ਮਤਲਬ ਕਿ ਹੁਣ ਜਿਹੜੀ ਆ ਰਿਪੇਅਰ ਵਗੈਰਾ ਉਹਦੇ ਕਰਕੇ ਨੁਕਸਾਨ ਤਾਂ ਹੈਗੀ ਹੈ ਜੀ। ਫਾਇਰ ਬ੍ਰਿਗੇਡ ਦੀ ਪ੍ਰਕਿਰਿਆ, ਫਾਇਰ ਬ੍ਰਿਗੇਡ ਵਾਲਿਆਂ ਬਹੁਤ ਮਿਹਨਤ ਕੀਤੀ, ਬੜਾ ਟਾਈਮ ਲਿਆ ਆ ਕੇ। ਕਿੰਨਾ ਸਮਾਂ ਲੱਗ ਗਿਆ ਇਹਨੂੰ? ਇਹਨੂੰ ਕਰਦਿਆਂ ਵੇਖੋ, ਇਹ 8 ਵਜੇ ਇਹਨਾਂ ਨੂੰ ਇੰਟੀਮੇਟ ਕੀਤਾ, 8:10 'ਤੇ ਆ ਗਏ ਆ, ਹੁਣ 9 ਵੱਜ ਗਏ ਆ, ਆਲਮੋਸਟ ਇਹਨਾਂ ਨੇ ਅੱਗ 'ਤੇ ਕਾਫੀ ਕਾਬੂ ਪਾ ਲਿਆ। ਸਾਨੂੰ ਜੀ 7:45 ਵਜੇ ਇਤਲਾਹ ਮਿਲੀ ਹੈ ਅਤੇ ਵੀ ਇੱਥੇ ਬੀਟਾ ਰੇਡੀਓ 'ਤੇ ਅੱਗ ਲੱਗੀ ਹੈ। ਇਮੀਡੀਏਟਲੀ ਐਕਸ਼ਨ ਕੀਤਾ, ਗੱਡੀਆਂ ਆਈਆਂ ਨੇ, ਇੱਥੇ ਗੱਡੀਆਂ 2 ਗੱਡੀਆਂ ਸਾਡੀਆਂ ਬਾਹਰ ਸੀਗੀਆਂ ਇਲੈਕਸ਼ਨ ਡਿਊਟੀ 'ਤੇ, ਉਹ ਵੀ ਇਮੀਡੀਏਟਲੀ ਬੁਲਾ ਲਈਆਂ ਗਈਆਂ ਅਤੇ ਬਿਨਾਂ ਪਾਣੀ ਦੀ ਰੁਕਾਵਟ ਤੋਂ ਆਪਾਂ ਅੱਧੇ ਘੰਟੇ 'ਚ ਜਿਹੜੀ ਆ ਉੱਥੇ ਕੰਟਰੋਲ ਕੀਤਾ। ਕੁਝ ਦਿੱਕਤ ਆਈ ਵੀ ਜਿਹੜੇ ਸ਼ਟਰ ਸੀਗੇ ਉਹ ਕਾਫੀ ਪੁਰਾਣੇ ਜਾਮ ਸੀਗੇ, ਉਹਨਾਂ ਨੂੰ ਤੋੜਨ 'ਚ ਕੁਝ ਦਿੱਕਤ ਹੋਈ, ਲੇਕਿਨ ਇਸ ਵੇਲੇ ਸਾਡੀ ਸਿਚੁਏਸ਼ਨ ਇੰਟਰ ਜੇ ਦੇਖਿਆ ਜਾਵੇ ਕਿ ਫਸਟ ਇਨਫੋਰਮੇਸ਼ਨ 'ਚ ਕੀ ਕਾਰਨ ਲੱਗ ਰਹੇ? ਕਾਰਨ ਸਰ ਇਹ 'ਚ ਮੇਨ ਤਾਂ ਸ਼ੋਰਟ ਸਰਕਟ ਲੱਗਦਾ ਪਿਆ, ਬਾਕੀ ਹੋਰ ਤਾਂ ਉਹ ਦੱਸ ਸਕਦੇ ਆ ਜਿਹੜੇ ਮੌਕੇ 'ਤੇ ਜਦੋਂ ਫਾਇਰ ਸ਼ੁਰੂ ਹੋਈ ਆ
ਮੌਕੇ 'ਤੇ ਉਹ ਦੱਸ ਸਕਦੇ ਕਿਉਂਕਿ ਤਾਰਾਂ ਵਗੈਰਾ ਸਾਰੀਆਂ ਮੈਲਟ ਹੋਈਆਂ ਪਈਆਂ ਸਰ, ਉਹ ਫਾਇਰ ਨਾਲ ਵੀ ਹੋ ਸਕਦੀਆਂ ਵਾ, ਸ਼ਾਰਟ ਸਰਕਟ ਨਾਲ ਵੀ ਹੋ ਸਕਦੀਆਂ ਕਿਉਂਕਿ ਕਾਰਨ ਬੇਟਾ ਰੇਡੀਓ ਇੱਥੇ ਮਾਰਕੀਟ ਦੇ ਅੰਦਰ ਬਟਾਲਾ ਵਿਖੇ ਸ਼ੋਪ 'ਚ ਅੱਗ ਲੱਗੀ ਹੈ। ਇਮੀਡੀਏਟਲੀ ਮੈਂ ਇੰਟੀਮੇਸ਼ਨ ਦਿੱਤੀ ਫਾਇਰ ਆਫਿਸਰ ਨੂੰ ਔਰ ਬਿਨਾਂ ਟਾਈਮ ਵੇਸਟ ਕੀਤੇ ਇੱਥੇ ਟੈਂਡਰ ਫਾਇਰ ਟੈਂਡਰ ਲੈ ਕੇ ਆਏ ਅਤੇ ਅੱਗ ਤੇ ਕਾਬੂ ਪਾ ਲਿਆ ਗਿਆ। ਔਰ ਅੱਛੀ ਗੱਲ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੈ ਕਿਸੇ ਕਿਸਮ ਦਾ ਅਤੇ ਸਿਚੁਏਸ਼ਨ ਅੰਡਰ ਕੰਟਰੋਲ ਹੈ। ਠੀਕ ਹੈ, ਸ਼ਾਬਾਸ਼ ਤੁਸੀਂ।